ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਗਨ ਮੈਥਾਲ ਰਵ ਚੰਦ ਦੀਪਕ ਬਨੇ। ਗਗਨ ਨੀ ਕਹਿਣਾ ਹੈ, ਗਗਨ ਹੀ ਬੋਲਣਾ। ਆਮ ਕਈ ਜਿਹੜੇ ਸੰਥਿਆ ਨੀ ਨਾ ਕੀਤੀ ਹੁੰਦੀ ਉਹ ਗਗਨ ਕਹਿ ਜਾਂਦੇ ਹਨ। ਮੈਂ ਉਚਾਰਨ ਕਰਨਾ ਇਸ ਨੂੰ, ਮੈਂ ਨੀ ਕਹਿਣਾ ਹੈ। ਗਗਨ ਮੈਂ ਥਾਲ, ਗਗਨ ਰੂਪ ਥਾਲ ਹੈ, ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਮਲਿਆਨ, ਮਲਿਆਨ ਤੇ ਲੱਲੇ ਨੂੰ ਸਿਹਾਰੀ ਲੱਗ ਜਾਏਗੀ। ਮਲੇ ਧੂਪ ਮਲਆਨ ਲੋ, ਮਲਆਨ ਪਾਠ ਇਕੱਠਾ ਹੀ ਹੈ, ਲਮਕਾ ਕੇ ਲੋ ਦਾ ਨਾਲ ਸੰਬੰਧ ਹੈ। ਮਲ ਆਨ ਨੀ ਕਹਿਣਾ, ਮਲਆਨ ਲੋ, ਮਲਆਨ ਲੋ, ਧੂਪ ਮਲਆਨ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਇੱਥੇ ਵਿਸਰਾਮ, ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਅਨਹਤਾ ਸ਼ਬਦ, ਇੱਥੇ ਵਿਸਰਾਮ, ਵਾਜੰਤ ਭੇਰੀ। ਰਹਾਉ ਸਹਿਸ ਤਵ ਨੈਣ ਨਾਨ ਨੈਣ ਹੈ ਤੋਹ ਕਉ। ਸੋਹਿਲਾ ਸਾਹਿਬ ਨਾਲੋਂ ਵੱਖਰਾ ਸ਼ਬਦ ਹੈ ਇਹ, ਹੈ ਨੀ ਹੈ ਇੱਥੇ। ਸਹਿਸ ਤਵ ਨੈਣ, ਇੱਥੇ ਠਮਕ ਹੈ, ਨਨ ਨੈਣ ਹੈ ਤੋਹ ਕਉ, ਇਸ ਕਰਕੇ ਧਿਆਨ ਨਾਲ ਹੈ ਬੋਲਣਾ, ਹੈ ਨੀ ਬੋਲਣਾ। ਸਹਿਸ ਮੂਰਤ ਨਨਾ ਏਕ ਤੋਹੀ, ਨਨਾ ਏਕ ਤੋਹੀ ਨੀ ਕਹਿਣਾ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਦੋ ਵਿਸਰਾਮ ਹਨ, ਧਿਆਨ ਨਾਲ ਲਾਉਣਾ ਹੈ ਵਿਸਰਾਮ, ਦੋਵੇਂ ਮਹਿੰਗਾ ਵਿਸਰਾਮ ਹੈ ਇਹ। ਸਹਿਸ ਪਦ ਬਿਮਲ ਨਨ ਏਕ ਪਦ, ਹਜ਼ਾਰਾਂ ਤੁਹਾਡੇ ਬਿਮਲ ਕੀ ਉੱਜਲ ਚਰਨ ਹਨ, ਯਾਨੀ ਸਰਗੁਣ ਸਰੂਪ ਦੇ ਵਿੱਚ। ਨਨ ਏਕ ਪਦ, ਨਹੀਂ ਹੈ ਇੱਕ ਵੀ ਚਰਨ ਨਿਰਗੁਣ ਸਰੂਪ ਦੇ ਵਿੱਚ, ਇੱਥੇ ਪਹਿਲਾ ਵਿਸਰਾਮ ਹੈ। ਗੰਧ ਬਿਨ ਸਹਿਸ ਤਵ ਗੰਧ, ਇੱਥੇ ਦੂਸਰਾ ਵਿਸਰਾਮ ਹੈ। ਇਵ ਚਲਤ ਮੋਹੀ, ਚਲਤ ਨੀ ਕਹਿਣਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਤਿਸ ਕੈ ਪਾਠ ਹੈ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਇੱਥੇ ਕਮਲ ਹੈ, ਸੋਹਿਲਾ ਸਾਹਿਬ ਚ ਕਵਲ ਹੈ, ਹਰ ਚਰਨ ਕਮਲ, ਹਰ ਚਰਨ ਕਮਲ ਮਕਰੰਦ, ਇੱਥੇ ਠਮਕ ਹੈ, ਲੋਭਿਤ ਮਨੋ। ਅਨ ਦਿਨੋ ਮੋਹ ਆਹੀ ਪਿਆਸਾ, ਅਨ ਦਿਨੋ ਮੋਹ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ। ਹੋਏ ਜਾ ਤੇ ਤੇਰਾ ਨਾਮ ਵਾਸਾ। ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹੋ ਧਨ ਅਖੁੱਟ ਨ ਨਿਖੁੱਟ ਨ ਜਾਏ। ਵਿਸਰਾਮ ਇਹੋ ਧਨ ਅਖੁੱਟ ਇੱਥੇ ਵਿਸਰਾਮ ਲਾਉਣਾ, ਨ ਨਿਖੁੱਟ ਇੱਥੇ ਠਮਕ, ਨ ਜਾਏ। ਪੂਰਾ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕਹੋ ਸਾਧ ਬਾਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰਪੂਰੈ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਉ। ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੈ ਗੁਰ ਕੈ ਸਹਿਜ ਸੁਭਾਏ। ਇਹ ਪੂਰੈ ਪਾਠ ਪੁਰਾਤਨ ਸਰੂਪਾਂ ਚ ਦਲਾਵਾਂ ਦੇ ਨਾਲ ਸ਼ੁੱਧ ਪਾਠ ਹੈ। ਪੂਰੈ ਗੁਰ ਕੈ ਮੇਰੀ ਪੋਥੀ ਚ ਪੂਰੇ ਛਪਿਆ ਸੀ, ਪਰ ਮੁੱਖ ਪਾਠ ਦਲਾਵਾਂ ਨਾਲ ਹੈ। ਪੂਰੈ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ ਇੱਥੇ ਲਾਂ ਨਾਲ ਹੀ ਹੈ। ਸੁਖ ਮਨ ਅੰਤਰ ਸਹਿਜ ਸਮਾਣੀ, ਇਹ ਸੁਖਮਨ ਇਕੱਠਾ ਪਾਠ ਨਹੀਂ ਕਰਨਾ, ਸੁਖ ਇੱਥੇ ਯਮਕ ਲਾ ਦੇਣੀ ਹੈ। ਸੁਖ ਮਨ ਅੰਤਰ ਸਹਿਜ ਸਮਾਣੀ, ਏਕ ਅਚਰਜ ਜਨ ਦੇਖੋ ਭਾਈ, ਇਹ ਅਚਰਜ ਪਾਠ ਕਰਨਾ ਹੈ। ਐੜੇ ਦੇ ਵਿੱਚ ਡੈਸ਼ ਦੇ ਕੇ ਚਾਲ ਅਨੁਸਾਰ ਅਚਰਜ ਵੀ ਕਰ ਸਕਦੇ ਹਾਂ, ਪਰ ਚਾਲ ਅਨੁਸਾਰ ਇੱਥੇ ਅਚਰਜ। ਏਕ ਅਚਰਜ ਜਨ ਦੇਖੋ ਭਾਈ, ਦੁਵਿਧਾ ਮਾਰ ਹਰ ਮਨ ਵਸਾਈ, ਨਾਮ ਅਮੂਲਕ ਨ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ। ਸਭ ਮਹਿ ਵਸੈ ਪ੍ਰਭ ਏਕੋ ਸੂਏ, ਗੁਰਮਤੀ ਘਟ ਪ੍ਰਗਟ ਹੋਏ। ਸਹਿਜੇ ਜੇਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।